आम आदमी पार्टी शरेआम धक्केशाही कर रही है। हाँ जिंदा लग चुका। आम पार्टी वाले क्यों धक्का करते हैं? अगे भी कांग्रेस अकाली भी जितते से कोई धक्का नहीं होया साडे अज तक। अरे पुलिस क्यों बुलाई गई है? क्यों धक्केशाही है? के करे आके सारे पिंड नूं मुल बेच रहा। ओदा बंदा खड़ा करया वा हार गया ते धक्के नहीं हो ਸਤਿਕਾਲ ਜੀ। ਮੈਂ ਰਤਨਦੀਪ ਸਿੰਘ ਧਾਲੀਵਾਲ। ਇਸ ਵਕਤ ਅਸੀਂ ਮੌਜੂਦ ਹਾਂ ਪਿੰਡ ਬੁਰਜ ਮਾਨਸਈਆ। ਇਹ ਮੌੜ ਹਲਕੇ ਦਾ ਪਿੰਡ ਆ ਅਤੇ ਇਹ ਬਲਾਕ ਰੰਪਰੇ ਦੇ ਵਿੱਚ ਪੈਂਦਾ ਹੈਗਾ, ਜਿੱਥੇ ਇੱਕ ਧਿਰ ਵੱਲੋਂ ਆਰੋਪ ਲਾਇਆ ਗਿਆ ਗਾ ਵੀ ਜਿਹੜੀਆਂ ਵੋਟਾਂ ਗੀਆਂ 700+ ਵੋਟ ਆ ਜਿਹੜੀ ਪੋਲ ਹੋਈ ਆ ਉਹਦੀ ਹਜੇ ਤੱਕ ਗਿਣਤੀ ਕਿਉਂ ਨਹੀਂ ਹੋਈ, ਅਤੇ ਸਕੂਲ ਦੇ ਬਾਹਰ ਜਿੱਥੇ ਗਿਣਤੀ ਚੱਲ ਰਹੀ ਆ ਸਕੂਲ ਦੇ ਬਾਹਰ ਜਿਹੜਾ ਪਿੰਡ ਵੱਲੋਂ ਆ ਉਹ ਜਿੰਦਾ ਲਾ ਦਿੱਤਾ ਗਿਆ ਹੈਗਾ, ਅਤੇ ਇੱਕ ਪਾਸੇ ਜਿਹੜਾ ਰੋਸ ਪ੍ਰਦਰਸ਼ਨ ਕਰਨ ਦੇ ਲਈ ਲੋਕ ਬੈਠੇ ਨੇ। ਇੱਕ ਧਿਰ ਦੇ ਜਿਹੜੇ ਔਰਤਾਂ ਗੀਆਂ ਮਰਦ ਆ ਬਜ਼ੁਰਗ ਆ ਉਹ ਸਾਰੇ ਬੈਠੇ ਆ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਅਸੀਂ ਇਹਨਾਂ ਦੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਵੀ ਕਰਾਂਗੇ ਵੀ ਅਸਲ ਦੇ ਵਿੱਚ ਇਹ ਰੌਲਾ ਕੀ ਹੈ। ਬਾਈ ਜੀ ਕੀ ਗੱਲਬਾਤ ਹੋਈ ਹੈ? ਅਸੀਂ ਦੇਖੋ 2 ਵਾਰ ਸਰਪੰਚ ਰਹੇ ਹਾਂ ਪਿੰਡ ਦੇ ਜੀ, ਠੀਕ ਹੈ। ਅਤੇ ਆ ਜਦੋਂ ਹੁਣ ਵੋਟਾਂ ਸਾਡਾ ਬੰਦਾ 10 ਵੋਟਾਂ 'ਤੇ ਜਾਂ 12 'ਤੇ ਜਿੱਤਦਾ, ਪਰ ਉਹਨੂੰ ਹਰਾ ਕੇ ਸਾਡੇ ਬੰਦੇ ਨੂੰ ਦੂਜੇ ਨੂੰ ਉਹ ਜਿਤਾਉਂਦੇ ਨੇਗੇ। ਬਿਲਕੁਲ ਜਮਾਂ ਗਿਣਤੀ ਹੋਈ ਹੈ, ਸਾਰਾ ਕੁਛ ਹੈ, ਬੰਦੇ ਅੰਦਰ ਬੈਠੇ ਨੇ ਸਾਡੇ। ਕੈਂਡੀਡੇਟ ਤੁਹਾਡਾ ਅੰਦਰ ਆ? ਅੰਦਰ ਬੈਠਾ। ਹਾਂ ਹਾਂ, ਉਹਨਾਂ ਨੇ ਅੰਦਰੋਂ ਦੱਸਿਆ? ਅੰਦਰੋਂ ਹੋਈ ਹੈ ਗੱਲ, ਸਾਰਾ ਕੁਛ ਹੋਇਆ। ਤੇ ਅਸੀਂ ਬੇਸ਼ੱਕ ਥੋੜੀਆਂ ਵੋਟਾਂ ਜਿੱਦਾਂ ਜਿੱਤਦੇ ਅਸੀਂ ਹੈਗੇ ਹਾਂ, ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਆਪਣੇ ਸਾਡੇ ਸੂਬੇਦਾਰ ਸਾਹਿਬ ਇਹ ਕਰਨਗੇ, ਇਹ ਤੁਹਾਡੇ ਨਾਲ ਗੱਲ ਇਹ ਵੀ ਵਿਚਾਰ। ਹਾਂਜੀ ਹਾਂਜੀ ਹਾਂ ਬਾਈ, ਦੱਸੋ ਕੀ ਗੱਲਬਾਤ ਆ? ਵੀਰ ਜੀ, ਸਾਰੀ ਧੱਕੇਸ਼ਾਹੀ ਹੋ ਰਹੀ ਆ ਇਹ ਪ੍ਰਸ਼ਾਸਨ ਦੀ ਜੀ, ਠੀਕ ਹੈ ਨਾ। ਜਦੋਂ ਕੋਈ ਕੈਂਡੀਡੇਟ ਡਿਕਲੇਅਰ ਕਰਤਾ ਵੀ 9 ਵੋਟਾਂ ਜਿੱਤ ਰਿਹਾ ਬੰਦਾ, ਚਾਹੇ 9 ਤੇ ਹੋਵੇ, ਚਾਹੇ 5 ਤੇ ਹੋਵੇ, 4 ਤੇ ਹੋਵੇ, 2 ਤੇ ਹੋਵੇ, 1 ਤੇ ਹੋਵੇ, ਚਾਹੇ ਜੀ 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 ਡਿਕਲੇਅਰ ਹੋ ਗਿਆ ਬੰਦਾ। ਪਰ ਹੁਣ ਪੁਲਿਸ ਕਾਹਦੇ ਵਾਸਤੇ ਆਈ ਹੈ ਇੱਥੇ? ਜਦਕਿ ਪ੍ਰਜੈਂਟਿੰਗ ਅਫਸਰ ਇੱਥੇ ਬੈਠਾ ਹੈ ਜੀ, ਸਾਰੇ ਪ੍ਰਸ਼ਾਸਨ ਇੱਥੇ ਬੈਠਾ ਹੈ ਜੀ, ਡਿਕਲੇਅਰ ਹੋ ਗਿਆ 9 ਵੋਟਾਂ ਜਿੱਤਦਿਆ ਬੰਦਾ। ਪਰ ਇਹ ਪੁਲਿਸ ਕਿਉਂ ਬੁਲਾਈ ਗਈ ਹੈ ਹੁਣ? ਕਿਉਂ ਧੱਕੇਸ਼ਾਹੀ ਆ ਇਹ? ਕਿਉਂ ਹੋ ਰਹੀ ਹੈ ਧੱਕੇਸ਼ਾਹੀ? ਅੰਦਰੋਂ ਕਿਹਾ ਗਿਆ ਹੈ ਕਿ ਪੁਲਿਸ ਕਿਉਂ ਆਈ ਹੈ ਵੀ ਵੀ ਧੱਕੇਸ਼ਾਹੀ ਹੋ ਰਹੀ ਹੈ, ਵੋਟਾਂ ਦੁਬਾਰੇ ਗਿਣਤੀ ਹੋ ਰਹੀ, ਕਿਉਂ ਹੋ ਰਹੀ ਹੈ ਦੁਬਾਰੇ ਗਿਣਤੀ? ਕਿੰਨੇ ਵਾਰੀ ਗਿਣਤੀ ਹੋ ਗਈ? 3 ਵਾਰੀ ਹੋ ਰਹੀ ਹੈ। 3 ਵਾਰ ਗਿਣਤੀ ਹੋ ਗਈ ਜਿਹੜੀਆਂ ਵੋਟਾਂ, ਮਤਲਬ ਮੰਨ ਲਓ ਵੀ ਜਿਹੜੀਆਂ ਆਪਣੀਆਂ ਉਹ ਮੰਨ ਲਓ ਵੀ ਡਿਸਚਾਰਜ ਹੋ ਗਈਆਂ, ਕੈਂਸਲ ਹੋ ਗਈਆਂ, ਹੈ ਨਾ, ਉਹ ਵੀ ਗਿਣ ਕੇ ਆਪਦੇ ਵਿੱਚ ਪਾ ਰਹੇ ਨੇ ਬੰਦੇ। ਇਹ ਚੀਜ਼ਾਂ ਨੂੰ ਅਸੀਂ ਦੇਖ ਕੇ ਅਸੀਂ ਬੈਠੇ ਹਾਂ, ਅਸੀਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਨੇ ਆਦੇ 'ਚ ਮਿਲਾ ਰਹੇ ਹਾਂ ਵੋਟਾਂ, ਕਿਉਂ ਮਿਲਾ ਰਹੇ ਨੇ ਵੋਟਾਂ? ਤਸਵੀਰ ਦੇਖ ਲੋ ਜੀ, ਪਿੰਡ ਦੇ ਜਿਹੜੇ ਆ ਸਾਰੇ ਬੈਠੇ ਆ, ਨੌਜਵਾਨ ਵੀ ਬੈਠੇ ਆ, ਬਜ਼ੁਰਗ ਵੀ ਬੈਠੇ ਆ, ਉਧਰ ਮਾਤਾਵਾਂ ਵੀ ਬੈਠੀਆਂ। ਹਾਂਜੀ ਬਾਈ ਬਾਈ ਜੀ, ਸਾਨੂੰ ਨਾ ਅੰਦਰੋਂ ਵਾਲਾ ਜਿਹੜੇ ਸਾਡੇ ਏਜੰਟ ਸੀਗੇ ਜੀ, ਉਹਨਾਂ ਦਾ ਫੋਨ ਆਇਆ ਸੀਗਾ, ਸਾਡੇ 5 ਵਜੇ ਦੀ ਗਿਣਤੀ ਹੋ ਰਹੀ ਆ ਜੀ ਜੀ ਜੀ। ਮੰਨ ਲਓ ਦੇਖੋ ਹੁਣ ਕੀ ਟਾਈਮ ਹੋ ਗਿਆ, ਤੇ ਵੀ ਉਹ ਕਹਿੰਦੇ ਵੀ ਕਈ ਵਾਰੀ ਗਿਣਤੀ ਕਰ ਲਈ ਵੀ ਆਪਾਂ 9 ਵੋਟਾਂ ਤੇ ਜਿੱਤਦਾ ਵੀ 7.5 ਹੋ ਗਏ, ਉਹ ਰੌਲਾ ਪਾ ਰਹੇ ਮੰਨਦੇ ਨਹੀਂ ਹੈਗੇ। ਉਦੋਂ ਬਾਅਦ ਇੱਕ ਪੁਲਿਸ ਦੀ ਗੱਡੀ ਆਈ ਆ, ਇੱਕ ਨਾਇਬ ਤਹਿਸੀਲਦਾਰ ਆਏ ਆ ਜੀ, ਹਾਂ ਉਹ ਅੰਦਰ ਨੇ ਗਏ। ਹਾਂ ਵੀ ਪ੍ਰਸ਼ਾਸਨ ਸਾਨੂੰ ਸਾਕਾ ਵੀ ਸਾਰਿਆਂ ਨੂੰ ਧੱਕਾ ਕਰ ਰਿਹਾ ਗਾ। ਕਿੰਨੀਆਂ ਵੋਟਾਂ ਪੋਲ ਹੋਣਗੀਆਂ? 722 ਵੋਟਾਂ ਪੋਲ ਹੋਣਗੀਆਂ, 5 ਵਜੇ ਦੀ ਗਿਣਤੀ ਹੋ ਰਹੀ ਆ। ਹਾਂ ਜਦੋਂ ਗਿਣਤੀ ਚੱਲੀ ਆ ਉਦੋਂ ਕਿੰਨੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ? ਉਦੋਂ ਜਿੰਨੇ ਹੀ ਡਿਊਟੀ ਸੀ ਅੰਦਰ ਉਹੀ ਸਿਰਫ ਉਹੀ ਲੋਕੀ ਬੜਾ ਜਿੰਦਾ ਰਾਜ ਬੈਠੇ। ਹਾਂਜੀ, ਆਮ ਆਦਮੀ ਪਾਰਟੀ ਧੱਕਾ ਹੈ। ਹਾਂ, ਕਿਉਂਕਿ ਉਹਨਾਂ ਨੇ ਠਾਇਆ ਇਕੱਲਾ ਬੰਦਾ MLA ਦੇ ਆਖੇ ਲੱਗ ਕੇ ਇੱਕੇ ਘਰੇ ਆ ਕੇ ਸਾਰੇ ਪਿੰਡ ਨੂੰ ਮੁੱਲ ਵੇਚ ਰਿਹਾ, ਉਹਦਾ ਬੰਦਾ ਖੜਾ ਕਰਿਆ ਵਾ ਹਾਰ ਗਿਆ, ਤੇ ਧੱਕੇ ਨਹੀਂ ਉਹ ਜਿਤਾਉਣ ਆਉਂਦਾ ਨੂੰ। ਬਈ 700 ਵੋਟ ਪੋਲ ਹੋਈ ਆ, 3 ਘੰਟੇ ਹੋ ਗਏ ਬਈ, ਹਜੇ ਤੱਕ ਜਿਹੜੇ ਪਹਿਲਾਂ ਵਾਲੇ ਅਫਸਰ ਬੈਠੇ ਉਹ ਫੁੱਦੂ ਸੀ,
ਉਹਨਾਂ ਤੋਂ ਗਿਣਿਆ ਨਹੀਂ ਗਿਆ ਆਹ ਨਵੇਂ ਅਫਸਰ ਸੱਦਣ ਦੀ ਕੀ ਲੋੜ ਸੀ ਅੱਗੇ ਤਾਂ ਆਈ ਨਹੀਂ ਬਈ ਤਿੰਨ ਘੰਟਿਆਂ 'ਚ ਗਿਣਤੀ ਨਹੀਂ ਹੋ ਸਕੀ ਤਿੰਨ ਵਾਰੀ ਪਹਿਲੀ ਵਾਰੀ ਹੋਇਆ ਸਾਡੇ ਪਿੰਡ 'ਚ ਇਦੋਂ ਪਹਿਲਾਂ ਕਿਤੇ ਵੀ ਇਹੋ ਜਿਹੇ ਪਿੰਡ 'ਚ ਇਹੋ ਜਿਹੀ ਗੱਲਬਾਤ ਕਦੇ ਨਹੀਂ ਹੋਈ ਤੁਸੀਂ ਮੈਂਬਰ ਹੁਣ ਚੁਣੇ ਗਏ ਹੋ ਹਾਂਜੀ ਤੇ ਸਰੇਆਮ ਧੱਕੇਬਾਜ਼ੀ ਹੋ ਰਹੀ ਆ ਸਰੇਆਮ ਧੱਕੇਸ਼ਾਹੀ ਆਮ ਆਦਮੀ ਪਾਰਟੀ ਸ਼ਰਿਆਮ ਧੱਕੇਸ਼ਾਹੀ ਕਰ ਰਹੀ ਹੈ ਧੱਕਾ ਕਰਨਗੇ ਬਈ ਅਸੀਂ ਉਹਨਾਂ ਟਾਈਮ ਬਾਹਰ ਨਹੀਂ ਨਿਕਲ ਦਿੰਦੇ ਗੇਟ ਚੋਂ ਇਹ ਸਾਡਾ ਵੀ ਉਹ ਜਿੰਦਾ ਲੱਗ ਚੁੱਕਿਆ ਗਾ ਠੀਕ ਆ ਹਾਂ ਜਿੰਦਾ ਲੱਗ ਚੁੱਕਿਆ ਜਿੰਨਾ ਚੱਕਰ ਹਾਂ ਇਹ ਜਿੰਦਾ ਕਦੋਂ ਲਾਇਆ ਤੁਸੀਂ ਤਿੰਨੇ ਵਾਰ ਜਿੱਤਿਆ ਸਾਡਾ ਬੰਦਾ ਪਰ ਜਾਣ ਕੇ ਹੁਣ ਉਹ ਸਾਈਨ ਨੀ ਕਰ ਰਹੇ ਨਜਾਇਜ਼ ਧੱਕਾ ਕਰ ਰਹੇ ਆ ਬਿਮਾਰ ਨੂੰ ਮੰਨ ਨੀ ਰਹੇ ਤੁਹਾਡਾ ਕੈਂਡੀਡੇਟ ਕਿੱਥੇ ਸਾਡਾ ਕੈਂਡੀਡੇਟ ਉਹਦੇ ਨਾਲ ਕੋਈ ਹੋਰ ਪੋਲਿੰਗ ਏਜੰਟ ਵੀ ਹੈਗੇ ਦੋ ਪੋਲਿੰਗ ਏਜੰਟ ਹੈਗੇ ਜੀ ਆਪਣੇ ਉਹਨਾਂ ਨਾਲ ਰਾਬਤਾ ਹੋਇਆ ਤੁਹਾਡਾ ਰਾਬਤਾ ਹੋਇਆ ਗਾ ਉਹ ਕਹਿੰਦੇ ਸ਼ਾਂਤ ਰਹੋ ਆਪਣੇ ਬੰਦੇ ਕਹਿ ਕੇ ਗਏ ਹਾਂ ਬਾਹਰੋਂ ਜਿੰਦਾ ਲਾਉਣਾ ਸੀਗਾ ਉਹ ਹਾਂ ਪਿੰਡ ਨੇ ਲਾਇਆ ਜੀ ਆਪਣੇ ਨੇ ਸਾਰਾ ਪਿੰਡ ਬੈਠਾ ਗਾ ਇੱਥੇ ਜੀ ਅਸੀਂ ਉਹਨਾਂ ਚਿਕਰ ਬਾਹਰ ਨੀ ਨਿਕਲ ਦੇਣਾ ਜਿੰਨਾ ਚਿਕਰ ਕੋਈ ਫੈਸਲਾ ਨੀ ਹੁੰਦਾ ਠੀਕ ਹੈ ਜੀ ਸਾਡੇ ਕਿਸੇ ਦਾ ਕੋਈ ਜ਼ੋਰ ਨੀ ਜੀ ਅਸੀਂ ਤਾਂ ਜਿੰਨੇ ਪਹਿਲਾਂ 9 ਵੋਟਾਂ ਦੇ ਜਿੱਤੇ 3 ਵਾਰੀ ਜਿਤਾ ਤਾ ਜੀ ਚੌਥੀ ਵਾਰ ਹੁਣ ਫੇਰ ਗਿਣਨ ਦੀ ਕੀ ਲੋੜ ਪੈ ਗਈ ਸੀ ਅੰਦਰੋਂ ਖਬਰ ਆਈ ਹੈ ਜੀ ਏਜੰਟਾਂ ਨੇ ਦੱਸਿਆ 9 ਵੋਟਾਂ ਦੇ ਆਪਾਂ ਜਿੱਤ ਰਹੇ ਹਾਂ ਬਾਰ ਬਾਰ ਉਹ ਅੰਦਰ ਰੌਲਾ ਪਾ ਰਹੇ ਹੈਗੇ ਬਾਰ ਬਾਰ ਗਿਣਤੀ ਕਰਵਾ ਰਹੇ ਰਹੇ ਅੰਦਰੋਂ ਆਉਣ ਨਹੀਂ ਦਿੰਦੇ ਜੀ ਫਿਰ ਉਹ ਸਾਰੇ ਬੰਦਿਆਂ ਨੂੰ ਮਤਲਬ ਦਬਾ ਲਿਆ ਕਿਉਂਕਿ ਵੀ ਉਹ ਬੰਦਿਆਂ ਨੂੰ ਕਹਿ ਕੇ ਨਾ ਵੀ ਕਹਿੰਦੇ ਵੀ ਇਹ ਜਿਹੜੀ ਹੈਗੀ ਪਾਰਟੀ ਜਿਹੜੀ ਇਹ ਜਿੱਤ ਨਹੀਂ ਸਕਦੀ ਤੇ ਉਹਨਾਂ ਦੇ ਜਿਹੜੀਆਂ ਵੋਟਾਂ ਸਾਡੀਆਂ ਸੀਗੀ ਨਾ ਕੈਂਸਲ ਹੋਈਆਂ ਉਹ ਵੀ ਉਧਰ ਪਾ ਕੇ ਦੇ ਕੇ ਤੇ ਜਿਤਾ ਰਹੇ ਨੇ ਜੀ ਤੁਹਾਨੂੰ ਇੱਕ ਵਾਰੀ ਫਿਰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਇੱਧਰ ਜਿਹੜੀਆਂ ਬੀਬੀਆਂ ਗੀਆਂ ਉਹ ਵੀ ਮੌਜੂਦ ਆ ਇੱਕ ਵਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਣੇ ਆ ਹਾਂਜੀ 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 ਦੁਬਾਰੇ ਇੱਕ ਤਾਂ ਪੁਲਿਸ ਮੰਗਾ ਲਈ ਇਹਨਾਂ ਨੇ ਇਹ ਗੱਡੀ ਦੁਬਾਰੇ ਫੇਰ ਆਈ ਉਹ ਸਾਡੇ ਬਜ਼ੁਰਗ ਕੁੜੀਆਂ ਬੁੜੀਆਂ ਸਾਰੀਆਂ ਆਈਆਂ ਜੀ ਉਹਨੂੰ ਰੋਕ ਲਿਆ ਉਹ ਵਾਪਸ ਮੁੜ ਗਿਆ ਪਤਾ ਨਹੀਂ ਪੁਲਿਸ ਵਾਲੇ ਸੀ ਪਤਾ ਨਹੀਂ ਕੌਣ ਸੀ ਕੀ ਨਹੀਂ ਸੀ ਉਹ ਵਾਪਸ ਮੁੜ ਗਏ ਤੇ ਅਸੀਂ ਇੱਥੇ ਬੈਠੇ ਹਾਂ ਸਾਰੇ ਸਾਡੇ ਬੰਦੇ ਦੀ ਜਿੱਤ ਹੈ ਇਹ ਹਰ ਹਾਲਤ ਹੋਣੀ ਹੈ ਤੇ ਕਈਆ ਮੇਰਾ ਵੋਟਰ ਕਾਰਡ ਬਣਿਆ ਹੋਇਆ ਪਿਛਲੀ ਵਾਰ ਮੈਂ ਵੋਟ ਪਾਈ ਆ ਐਤਕੀ ਆਹ ਵੋਟਰ ਸੂਚੀ 'ਚ ਮੇਰਾ ਨਾਂ ਨਹੀਂ ਆਉਣਾ ਤਾਂ ਵੋਟਾਂ ਕੱਟੀਆਂ ਗਈਆਂ ਜਾਣ ਕੇ 30 ਵੋਟਾਂ ਕੱਟੀਆਂ ਗਈਆਂ ਜੀ ਆਹ ਵੋਟਰ ਕਾਰਡ ਮੇਰੇ ਕੋਲ ਆ ਪਹਿਲੀ ਵਾਰ ਹੋਇਆ ਆਪਣੇ ਪਿੰਡ 'ਚ ਵੋਟਰ ਸੂਚੀ 'ਚ ਖਿਲਵਾੜ ਕੀਤੀ ਆ ਇਹਨਾਂ ਨੇ ਆਹ 30 ਵੋਟਾਂ ਕੱਟੀਆਂ ਗਈਆਂ ਸਾਡੀਆਂ ਕਿੰਨੀਆਂ ਪੱਕੀਆਂ ਵੋਟਾਂ ਦੀ ਸਰੇਆਮ ਕੱਟ ਰੱਖੀਆਂ ਇਹਨਾਂ ਨੇ 30 ਵੋਟਾਂ ਕੱਟੀਆਂ ਗਈਆਂ ਸਾਡੀਆਂ ਜੀ ਇੱਧਰੋਂ ਵੀ ਆਪਾਂ ਪੁੱਛਦੇ ਹਾਂ ਹਾਂਜੀ ਕੀ ਗੱਲ ਜੀ ਧੱਕਾ ਹੋ ਰਿਹਾ ਜੀ ਬਿਲਕੁਲ ਬਾਈ ਜੀ ਬਿਲਕੁਲ ਧੱਕਾ ਹੋ ਰਿਹਾ ਜੀ ਬਿਲਕੁਲ ਧੱਕਾ ਹੋ ਰਿਹਾ ਜੋ ਵੀ ਉੱਥੇ ਚੋਣ ਪੋਲਿੰਗ ਦੇ ਸਟਾਫ ਬੈਠਾ ਗਾ ਉਹ ਸਟਾਫ ਦੀ ਕਾਹਦੇ ਵਾਸਤੇ ਡਿਊਟੀ ਲਗਾਈ ਜਾਂਦੀ ਆ ਇਸੇ ਲਈ ਲਗਾਈ ਜਾਂਦੀ ਆ ਨਾ ਵੀ ਉਹ ਅਨੁਸ਼ਾਸਿਤ ਤਰੀਕੇ ਨਾਲ ਪੋਲਿੰਗ ਕਰਾਉਣ ਤੇ ਜਿਹੜਾ ਕੈਂਡੀਡੇਟ ਜਿੱਤ ਰਿਹਾ ਉਹਨੂੰ ਐਲਾਨ ਕਰਨ ਦੇਣ ਫਿਰ ਉਹਨਾਂ ਦਾ ਤਾਂ ਕੋਈ ਫਾਇਦਾ ਹੀ ਨਹੀਂ ਰਹਿ ਗਿਆ ਫਿਰ ਕਿਉਂ ਬੁਲਾਉਂਦੇ ਆ ਫਿਰ ਆਪ ਹੀ ਗਿਣ ਲਿਆ ਕਰਨ ਆਪ ਹੀ ਪੋਲਿੰਗ ਕਰਾਉਣ ਆਪੇ ਹੀ ਗਿਣ ਲੈਣ ਜਦੋਂ ਸਟਾਫ ਦੀ ਕਿਸੇ ਨੇ ਮੰਨਣੀ ਨਹੀਂ ਹੈਗੀ 3 ਵਾਰੀ ਜਿਹੜੀ ਹੈਗੀ ਆ ਗਿਣਤੀ ਹੋ ਕੇ ਬੰਦਾ 9 ਵੋਟਾਂ ਤੇ ਜਿੱਤ ਰਿਹਾ ਵੋਟ ਤਾਂ ਇੱਕ ਨਹੀਂ ਮਾਨ ਹੁੰਦੀ 9 ਵੋਟਾਂ ਦੇ ਬੰਦਾ ਜਿੱਤ ਰਿਹਾ ਉਹਨੂੰ ਕਿਉਂ ਨਹੀਂ ਡਿਕਲੇਅਰ ਕਰਨ ਦੇ ਰਹੇ ਬਿਲਕੁਲ ਧੱਕਾ ਹੋ ਰਿਹਾ ਜੀ ਬੰਦੇ ਸਾਡੇ ਅੰਦਰ ਨੇਗੇ ਦੇਖੋ ਹੁਣ ਰਿਜ਼ਲਟ ਕੀ ਕਹਿੰਦੇ ਆ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਸਹਿਣੀ ਹਾਲੇ ਤੱਕ ਤਾਂ ਕੋਈ ਨਹੀਂ ਕਰੀ ਜੀ ਅੰਦਰੋਂ ਜੋ ਵੀ ਇਲੈਕਸ਼ਨ ਜਿਹੜੀ ਹੋਈ ਹੈਗੀ ਆਪਣੀ ਹੋਇਆ ਮਤਦਾਨ ਹੋਇਆ ਉਹਦੇ ਵਿੱਚ ਜੋ ਵੀ ਗਿਣਤੀ ਹੋਈ ਆ ਉਹ ਜੋ ਸਾਡੇ ਏਜੰਟ ਅੰਦਰ ਨੇ ਉਹਨਾਂ ਦਾ ਵੀ ਆ ਸਾਡਾ ਵੀ ਆ ਉਹ ਉੱਥੋਂ ਡਿਕਲੇਅਰ ਕਰ ਜੋ ਹੋਇਆ ਸੀ ਉਹਨਾਂ ਨੇ ਦੱਸਿਆ ਵੀ 700 ਵੋਟ ਭੁਗਤੀ ਆ ਉਹਦੇ ਵਿੱਚੋਂ ਆਪਣਾ ਬੰਦਾ ਗਾ ਜਿਹੜਾ 9 ਵੋਟਾਂ 'ਤੇ ਜਿੱਤ ਰਿਹਾ ਅਤੇ 5 ਵਜੇ ਦੀ ਸਰ ਵੋਟਿੰਗ ਦੇ 5 ਵਜੇ ਦੀ ਜਿਹੜੀ ਹੈਗੀ ਆ ਉਹ ਹੋ ਰਹੀ ਹੈਗੀ ਗਿਣਤੀ ਅਤੇ ਹਾਲੇ ਤੱਕ ਦੇਖ ਲਓ ਤੁਸੀਂ ਟਾਈਮ ਕੀ ਹੋ ਗਿਆ 7:30 ਹੋਣ ਲੱਗੇ ਨੇਗੇ ਅਤੇ ਹਜੇ ਤੱਕ ਉਹਨਾਂ ਨੇ ਰਿਜ਼ਲਟ ਡਿਕਲੇਅਰ ਨਹੀਂ ਕੀਤਾ 700 ਵੋਟ ਗਿਣਨ ਨੂੰ ਕਿੰਨਾ ਕੁ ਟਾਈਮ ਲੱਗਦਾ ਕਿਤੇ ਅਤੇ ਜਿਹੜਾ ਤੁਸੀਂ ਜਿੰਦਾ ਲਾਇਆ ਗਿਆ ਪਿੰਡ ਨੇ ਸਹਿਮਤੀ ਨਾਲ ਲਾਇਆ ਸਾਰਾ ਪਿੰਡ ਆ ਜਿਹੜਾ ਜੇਤੂ ਕੈਂਡੀਡੇਟ ਵੱਲ ਹੈਗਾ ਗਾ ਜਿੰਨੇ ਵੀ ਭੈਣ ਭਾਈ ਬੈਠੇ ਨੇ ਸਾਰੇ ਉਹਨਾਂ ਵੱਲ ਨੇ ਹਾਂਜੀ
वोटां पाईआं सी सहमति है जी। देखो जो कोई बच्चा पेपर दिंदा जो तुसीं पढ़े लिखे पत्रकार है एक एक परसेंट के उत्ते अपना फर्स्ट सैकंड करते हैं जो नौ वोटां वध गईआं हैगीआं फिर ये विचकारी हार हो सकती हैगी है एक वोट ते भी बंदा जित सकदा हैगा कि नहीं जित सकदा हैगा। प्रशासन आएगा आपे आप करनगे कोई देणगे आम पार्टी है जिहड़ी आम शरे आम धक्का हो रहा है। ਪਹਿਲਾਂ ਵੀ ਜਦੋਂ ਪਿਛਲੇ ਸਾਲ ਵੋਟਾਂ ਹੋਣਾਂ ਉਦੋਂ ਬਿਲਕੁਲ ਸਾਡੇ ਪਿੰਡ ਇਹੋ ਜਿਹਾ ਬਾਣੇ ਵਰਗਾ ਸਾਡੇ ਅੱਜ ਤੱਕ ਨਾ ਕੋਈ ਲੜਿਆ ਨਾ ਕੋਈ ਵੋਟਾਂ 'ਚ ਧੱਕਾ ਹੋਇਆ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੋਇਆ। ਹਾਂਜੀ ਹਾਂਜੀ ਤੁਹਾਡਾ ਕੀ ਕਹਿਣਾ ਜੀ? ਸਾਡਾ ਤਾਂ ਛੋਟਾ ਪਿੰਡ ਹੈ ਜੀ ਤੇ ਆਮ ਪਾਰਟੀ ਵਾਲੇ ਕਿਉਂ ਧੱਕਾ ਕਰਦੇ ਨੇ ਇਹ ਹੈਂ? ਅੱਗੇ ਵੀ ਕਾਂਗਰਸ ਅਕਾਲੀ ਵੀ ਜਿੱਤਦੇ ਸੀ ਇਹ ਕੋਈ ਧੱਕਾ ਨਹੀਂ ਹੋਇਆ ਸਾਡੇ ਅੱਜ ਤੱਕ। ਹਾਂ ਇਹ ਪਹਿਲੀ ਵਾਰ ਹੋਇਆ ਇਹ ਕੰਮ। ਪੈਸਾ ਖਰਚ ਕਰ ਰਹੀ ਹੈਗੀ ਜਿਹੜੇ ਆਪਣੇ ਵੋਟ ਕਾਰਡ ਬਣਦੇ ਆ ਉਹ ਕਾਹਦੇ ਵਾਸਤੇ ਹੈ? ਕਹਿੰਦੇ ਵੀ ਲਿਸਟ 'ਚ ਨਾਂ ਨੀ ਗਾ ਅਸੀਂ ਵੋਟ ਨਹੀਂ ਪੈਂਦੀ। ਕਿੰਨੀਆਂ ਸਾਡੀਆਂ 20 ਪਤਾ ਨੀ 25 ਵੋਟਾਂ ਕੱਟਦੀਆਂ ਹੈਗੀਆਂ ਇਹਨਾਂ ਨੇ ਹੈਂ? 35 ਪਤਾ ਨੀ 40 ਸਾਲ ਵਿਆਹ ਨੂੰ ਹੋ ਗਏ ਅੱਛੇ ਵੋਟ ਪਾਉਣ ਦੇ ਹੱਕਦਾਰ ਨੀ ਹੈਗੀ ਅਜੇ ਇਹ। ਆਮ ਪਾਰਟੀ ਦਾ ਹੈਗਾ ਇਹ ਬਸ ਦੇਖ ਲਓ ਹੁਣ ਉਹ ਧੱਕਾ ਹੋ ਜੇ ਕੋਈ ਇਹ ਤੁਸੀਂ ਰਿਪੋਰਟ ਦੇਖ ਰਹੇ ਹੋ ਬੁਰਜਮਾਨ ਸਾਹਿਬ ਪਿੰਡ ਆ ਇਹ ਹਲਕਾ ਮੌੜ ਦੇ ਵਿੱਚ ਪੈਂਦਾ ਗਾ ਬਲਾਕ ਰਾਮਪੁਰਾ ਗਾ ਇਹ ਲਾਸਟ ਪਿੰਡ ਆ ਜੇ ਆਪਾਂ ਉਧਰਲੇ ਪਾਸਿਓਂ ਮੌੜ ਹਲਕੇ ਵਾਲੇ ਪਾਸਿਓਂ ਗੱਲ ਕਰਦੇ ਹਾਂ ਜੇ ਰਾਮਪੁਰੇ ਵਾਲੇ ਪਾਸੇ ਕਰਦੇ ਹਾਂ ਗੱਲ ਤਾਂ ਇਹ ਪਹਿਲਾ ਪਿੰਡ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਿੰਡ ਵਾਲਿਆਂ ਨੇ ਜਿਹੜਾ ਗਾ ਉਹ ਜਿੰਦਾ ਲਾ ਦਿੱਤਾ ਗਾ ਅੰਦਰ ਪਿੰਡ ਵਾਲਿਆਂ ਦੇ ਜਾਂ ਇੱਕ ਧਿਰ ਦੇ ਮੁਤਾਬਕ ਦੱਸਣ ਦੇ ਮੁਤਾਬਕ ਵੀ 3 ਵਾਰੀ ਜਿਹੜੀ ਆ ਉਹ ਗਿਣਤੀ ਹੋ ਚੁੱਕੀ ਆ ਹੁਣ ਫਿਰ ਦੁਬਾਰਾ ਗਿਣਤੀ ਸ਼ੁਰੂ ਆ ਅਤੇ 700 ਵੋਟ ਹੀ ਜਿਹੜੀ 700 ਪਲੱਸ ਵੋਟ ਹੀ ਜਿਹੜੀ ਪੋਲ ਹੋਈ ਆ ਉਹਦੀ ਹੀ ਗਿਣਤੀ ਹੋਣੀ ਆ ਅਤੇ ਉਸ ਨੂੰ ਇੰਨਾ ਟਾਈਮ ਕਿਉਂ ਲੱਗ ਰਿਹਾ ਹੈਗਾ ਇਹ ਪਿੰਡ ਵਾਲੇ ਜਾਂ ਇੱਕ ਧਿਰ ਵਾਲੇ ਵੱਡੇ ਤੌਰ ਦੇ ਉੱਤੇ ਪੁੱਛ ਰਹੇ ਆ ਅਤੇ ਵਿੱਚੇ ਸਾਰੇ ਬੰਦੇ ਬੁੜੀਆਂ ਬਾਹਰ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਉਹ ਆਪਦਾ ਰੋਲ ਸਤਿ ਸ਼੍ਰੀ ਅਕਾਲ ਜੀ। ਕੁਝ ਵੱਖਰਾ ਸੁਣਨ ਅਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ।